ਦੁਆਬੇ ਦੇ ਲੋਕਾਂ ਦੀਆਂ ਮੁਸ਼ਕਲਾਂ, ਸਾਡੇ ਮਾਝੇ ਦੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ, ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਲ ਮਿਲਣ ਦਾ ਇੱਕ ਚੰਗਾ ਮੌਕਾ ਮਿਲੂਗਾ। ਔਰ ਮੁੱਖ ਮੰਤਰੀ ਸਾਹਿਬ ਵੀ ਇਹਨਾਂ ਹਲਕਿਆਂ ਦੀ, ਇਹਨਾਂ ਏਰੀਆ ਦੀ ਜਿਹੜੀਆਂ ਸਮੱਸਿਆਵਾਂ, ਉਹਨਾਂ ਨੂੰ ਇੱਥੇ ਬੈਠ ਕੇ ਜਿਹੜਾ ਉਹ ਖੁਦ ਮਤਲਬ ਵਾਚਣਗੇ ਵੀ, ਉਹਨੂੰ ਠੀਕ ਵੀ ਕਰਨਗੇ। ਇਸ ਕਰਕੇ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਇਲੈਕਸ਼ਨ ਜਿਹੜੀ ਹੈ ਲੜਨ ਵੀ ਜਾ ਰਹੇ ਹਾਂ ਅਤੇ ਜਿੱਤਣ ਵੀ ਜਾ ਰਹੇ ਹਾਂ। ਸਾਡੀ ਪਾਰਟੀ ਇਹ ਇਲੈਕਸ਼ਨ ਜਿਹੜੀ ਬਹੁਤ ਵੱਡੀ ਲੀਡ ਦੇ ਨਾਲ ਜਿਹੜੀ ਉਹ ਜਿੱਤੂਗੀ। ਸੋ ਜਿਹੜੇ ਸਾਡੇ 10 ਪੁਆਇੰਟ ਹੈ ਜਲੰਧਰ ਵੈਸਟ ਦੇ ਵਾਸਤੇ, ਮੈਂ ਉਹ 10 ਪੁਆਇੰਟ ਆਪਣੀ ਪਾਰਟੀ ਦੇ ਐਮ ਪੀ ਸਾਹਿਬ ਬਾਲਵਿੰਦਰ ਕੰਗ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਇੰਟਰੋਡਿਊਸ ਕਰਨਗੇ, ਔਰ ਫਿਰ ਅਸੀਂ ਇਹ ਬਕਾਇਦਾ ਜਿਹੜਾ ਇਹ ਜਿਹੜਾ ਸਾਡਾ ਪੱਤਰ ਹੈ 10 ਮੰਗਾਂ ਦਾ, ਇਹਨੂੰ ਆਪਾਂ ਜਾਰੀ ਵੀ ਕਰਾਂਗੇ। ਸੋ ਮੇਰੀ ਬੇਨਤੀ ਹੈ ਕਿ ਕੰਗ ਸਾਹਿਬ ਜਿਹੜਾ ਉਹ ਤੁਹਾਨੂੰ ਇਹਨਾਂ 10 ਮੰਗਾਂ ਬਾਰੇ, ਜਿਹੜੇ ਜਨਰਲ ਵੈਸਟ ਦੇ ਮੁੱਦੇ ਹੈ ਉਹਨਾਂ ਬਾਰੇ ਜਿਹੜੀ ਹੈ ਜਾਣਕਾਰੀ ਦੇਵੇ, ਜਿਹੜੀ ਸਾਡੀ ਪਾਰਟੀ ਇਹਨਾਂ ਮੁੱਦਿਆਂ ਨੂੰ ਜਿਹੜਾ ਉਹ ਹੱਲ ਕਰੂਗੀ, ਇਹਨਾਂ ਮੁੱਦਿਆਂ ਨੂੰ ਜਿਹੜਾ ਉਹ ਹੱਲ ਕਰਕੇ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਉਹ ਅਸੀਂ ਦੇਵਾਂਗੇ। ਸੋ ਮੈਂ ਕੰਗ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੁਛ ਸ਼ਬਦ ਜਿਹੜੇ ਆ ਇਹਨਾਂ 10 ਮੰਗਾਂ ਦੇ ਉੱਤੇ ਸਾਂਝੇ ਕਰਨ, ਉਹ ਤੋਂ ਬਾਅਦ ਅਸੀਂ ਇਸ ਨੂੰ ਰਿਲੀਜ਼ ਕਰਾਂਗੇ। ਸਾਡੇ ਮਾਨਯੋਗ ਐਮ ਪੀ ਸਾਹਿਬ ਕੰਗ ਸਾਹਿਬ, ਧੰਨਵਾਦ ਧਾਲੀਵਾਲ ਸਾਹਿਬ, ਸਾਰਿਆਂ ਦਾ ਸਵਾਗਤ। ਧਾਲੀਵਾਲ ਸਾਹਿਬ ਔਰ ਸਾਰੇ ਸਾਡੀ ਲੀਡਰਸ਼ਿਪ ਬੈਠੀ ਹੈ, ਕੈਂਡੀਡੇਟ ਮਹਿੰਦਰ ਭਗਤ ਜੀ ਵੀ। ਗੱਲ ਇਹ ਆ ਵੀ ਪਹਿਲੀ ਗੱਲ, ਜਲੰਧਰ ਦੇ ਲੋਕਾਂ ਨੇ ਜਿਹੜਾ ਧੋਖਾ ਕੀਤਾ ਹੈ ਪਲਟੂ ਰਾਮਾ ਨੇ, ਉਹਦੀ ਬਦੌਲਤ ਅਸੀਂ ਸਬਾਈ ਇਲੈਕਸ਼ਨ 'ਚ ਆ ਰਹੇ ਹਾਂ। ਲੇਕਿਨ ਆਮ ਆਦਮੀ ਪਾਰਟੀ ਦਾ ਜਿਹੜਾ ਤਰੀਕਾ ਹੈ ਔਰ ਏਜੰਡਾ, ਉਹ ਕੰਮ ਦੇ ਆਧਾਰ 'ਤੇ ਰਿਹਾ ਹੈ, ਚਾਹੇ ਉਹ ਦਿੱਲੀ 'ਚ ਹੋਵੇ ਚਾਹੇ ਪੰਜਾਬ 'ਚ ਹੋਵੇ। ਅਸੀਂ ਕੰਮ ਦੇ ਆਧਾਰ 'ਤੇ ਹਮੇਸ਼ਾ ਲੋਕਾਂ ਦਾ ਆਸ਼ੀਰਵਾਦ ਮੰਗਿਆ ਹੈ, ਔਰ ਇਸ ਵਾਰ ਵੀ ਜਿਹੜੇ 2.5 ਸਾਲ ਦੀਆਂ ਸਰਕਾਰ ਦੀਆਂ ਉਪਲਬਧੀਆਂ ਉਹਨੂੰ ਲੈ ਕੇ ਔਰ 10 ਵਾਅਦੇ ਜਿਹਦਾ ਜ਼ਿਕਰ ਕੇ ਆਪਣਾ ਧਾਲੀਵਾਲ ਸਾਹਿਬ ਨੇ ਹੁਣੇ ਕੀਤਾ। ਗੱਲ ਇਹ ਆ ਜਲੰਧਰ ਵੈਸਟ ਦੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਨਾਲ ਜਲੰਧਰ ਦੇ ਲੋਕਾਂ ਨੇ ਐਡੇ ਵੱਡੇ ਮੈਂਡੇਟ ਨਾਲ ਪਹਿਲਾਂ ਇਹਨਾਂ ਨੂੰ ਜਿਤਾਇਆ, ਆਮ ਆਦਮੀ ਪਾਰਟੀ ਨੇ ਇੱਕ ਬਿਹਤਰ ਪਲੇਟਫਾਰਮ ਦਿੱਤਾ ਔਰ ਪੰਜਾਬ ਦੀ ਜਿਹੜੀ ਐਡੀ ਇਤਿਹਾਸਿਕ ਵਿਧਾਨ ਸਭਾ 'ਚ ਪਹੁੰਚਾਇਆ, ਉਹਨਾਂ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਸਿਰਫ ਔਰ ਸਿਰਫ ਆਪਣੇ ਫਾਇਦੇ ਲਈ ਨਾ ਸਿਰਫ ਪੰਜਾਬ ਬਲਕਿ ਜਲੰਧਰ ਦੀ ਵੈਸਟ ਕੌਂਸਟੀਚੁਐਂਸੀ ਦੇ ਲੋਕਾਂ ਨਾਲ ਧੋਖਾ ਵੀ ਕੀਤਾ ਆ। ਇਹਨਾਂ ਨੂੰ ਸਬਕ ਸਿਖਾਉਣ ਦਾ ਵਕਤ ਹੋਣਾ ਆ ਗਿਆ। ਪਿਛਲੇ 2.5 ਸਾਲਾਂ 'ਚ ਜਿੱਥੇ ਭਗਵੰਤ ਮਾਨ ਜੀ ਦੀ ਸਰਕਾਰ ਨੇ 300 ਯੂਨਿਟ ਫ੍ਰੀ ਬਿਜਲੀ ਦੇ ਕੇ 90% ਲੋਕਾਂ ਦਾ ਅੱਜ ਬਿਜਲੀ ਦਾ ਬਿੱਲ ਪੰਜਾਬ 'ਚ ਜ਼ੀਰੋ ਆ ਰਿਹਾ। ਮਹਿੰਗਾਈ ਦੇ ਜ਼ਮਾਨੇ 'ਚ ਇੱਕ ਆਮ ਸਧਾਰਨ ਪੰਜਾਬੀ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀ। ਸਾਡਾ ਕੋਸ਼ਿਸ਼ ਰਹੀ ਆ ਸਾਡੀ ਸਰਕਾਰ ਦੀ ਕਿ ਹਰੇਕ ਖੇਤ ਨੂੰ, ਕਿਉਂਕਿ ਪੰਜਾਬ ਜਿਹੜਾ ਆ ਇਹ ਐਗਰੀ ਬੇਸਡ ਇਕੋਨਮੀ ਹੈ, ਹਰੇਕ ਖੇਤ ਨੂੰ ਨਹਿਰੀ ਪਾਣੀ ਦੇਣਾ ਔਰ ਮੋਟਰਾਂ 'ਤੇ ਹਰ ਟਾਈਮ ਕਿਸਾਨ ਨੂੰ ਬਿਜਲੀ ਮਿਲੇ, ਉਹਦੇ ਨਾਲ ਅੱਜ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਤੁਸੀਂ ਚਲੇ ਜਾਓ, ਪੱਤਰਕਾਰ ਸਾਥੀ ਤੁਸੀਂ ਬੈਠੇ ਹੋ,
ਹਰ ਬੰਦਾ ਇਸ ਗੱਲ ਦੀ ਸਰਾਹਨਾ ਕਰਦਾ ਹੈ ਕਿ ਹੁਣ ਸਾਨੂੰ ਨਾ ਤਾਂ ਸਿਆਲਾਂ 'ਚ ਕਣਕਾਂ ਵਾਲੀ ਜਾਗਣਾ ਪੈਂਦਾ, ਨਾ ਦੁਪਹਿਰ ਝੋਨਾ ਲਾਉਣ ਦੇ ਟਾਈਮ ਬਿਜਲੀ ਵਾਸਤੇ ਬਾਹਰ ਬੈਠਣਾ ਪੈਂਦਾ ਹੈ। ਮਾਨ ਸਾਹਿਬ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਔਰ ਆਉਣ ਵਾਲੇ ਟਾਈਮ 'ਚ ਦੇਖੋਗੇ ਹਰ ਖੇਤ 'ਚ ਨਹਿਰ ਦਾ ਪਾਣੀ ਭੇਜਾਂ। 43,000 ਸਰਕਾਰੀ ਨੌਕਰੀਆਂ ਜਿਹਦੇ 'ਚੋਂ 12,500 ਦੇ ਕਰੀਬ ਟੀਚਰ ਪੱਕੇ ਕੀਤੇ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ 2.5 ਸਾਲਾਂ 'ਚ, ਔਰ 43,000 ਨੌਕਰੀਆਂ 'ਚ ਕੋਈ ਬੰਦਾ ਕਹਿ ਦੇ ਪੰਜਾਬ ਦੇ ਕਿਸੇ ਕੋਨੇ 'ਚ ਤੁਸੀਂ ਚਲੇ ਜਾਓ, ਕੋਈ ਬੰਦਾ ਕਹਿ ਦੇ ਕੋਈ ਰਿਸ਼ਵਤ ਨਹੀਂ, ਕੋਈ ਭਾਈ ਭਤੀਜਾਵਾਦ ਨਹੀਂ, ਕੋਈ ਫੇਵਰਿਜ਼ਮ ਨਹੀਂ। ਓਨਲੀ ਮੈਰਿਟ ਦੇ ਆਧਾਰ 'ਤੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਨੌਕਰੀਆਂ ਦਿੱਤੀਆਂ, ਕਿਉਂਕਿ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਅਗਰ ਕਾਬਲੀਅਤ 'ਤੇ ਨੌਕਰੀਆਂ ਦੇਵਾਂਗੇ ਤਾਂ ਬਾਹਰ ਜਾਣ ਦਾ ਟ੍ਰੈਂਡ, ਇਹ ਗਲਤ ਰਸਤੇ ਅਪਣਾਉਣ ਦਾ ਟ੍ਰੈਂਡ ਪੰਜਾਬ 'ਚੋਂ ਬੰਦ ਹੋਊਗਾ। ਉਹਦੇ ਲਈ ਤੁਹਾਡੀ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰਯਾਸ ਕੀਤੇ। ਅਸੀਂ ਤਮਾਮ ਜਿਹੜਾ ਮਾਫੀਆ ਸੀ ਉਹਦੇ 'ਤੇ ਲਗਾਮ ਲਗਾਈ ਹੈ, ਜਿੱਥੇ ਵਪਾਰੀ ਵਰਗ, ਕਰਮਚਾਰੀ, ਚਾਹੇ ਉਹ ਸਾਡਾ ਕਿਸਾਨ ਹੈ, ਜਵਾਨ ਹੈ, ਦੇਸ਼ ਦੀਆਂ ਸਰਹੱਦਾਂ 'ਤੇ ਸ਼ਹਾਦਤ ਦੇਣ ਵਾਲੇ ਜਵਾਨ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਦੇ ਕੇ ਅਸੀਂ ਉਹਨਾਂ ਦਾ ਬੱਚਾ ਤਾਂ ਨਹੀਂ ਲਿਆ ਸਕਦੇ, ਲੇਕਿਨ ਉਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜਨ ਦਾ ਉਪਰਾਲਾ ਅਗਰ ਕਿਸ ਦੇਸ਼ 'ਚ, ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਇਸ ਦੇਸ਼ 'ਚ ਕਿਸੇ ਸਰਕਾਰ ਨੇ ਕੀਤਾ ਹੈ ਤਾਂ ਭਗਵੰਤ ਮਾਨ ਜੀ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ। ਸ਼ਹੀਦ ਪਰਿਵਾਰ ਨਾਲ ਖੜਦੇ ਵੀ ਹੈ, ਆਰਥਿਕ ਤੌਰ 'ਤੇ ਮਦਦ ਵੀ ਕਰਦੇ ਹਾਂ, ਉਸ ਪਰਿਵਾਰ ਨੂੰ ਨੌਕਰੀ ਦੇਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਅਸੀਂ ਕੰਮਾਂ ਦੇ ਆਧਾਰ 'ਤੇ ਵੋਟ ਮੰਗਣਾ। ਹੁਣ ਜਿਹੜਾ 10 ਜੁਲਾਈ ਨੂੰ ਇਲੈਕਸ਼ਨ ਹੋਣ ਜਾ ਰਿਹਾ ਜਲੰਧਰ ਵੈਸਟ, ਜਿਹਦੇ ਲਈ ਸਾਡੇ ਸਤਿਕਾਰਯੋਗ ਬਹੁਤ ਹੀ ਪੜ੍ਹੇ ਲਿਖੇ ਸੁਲਝੇ, ਜਿਨ੍ਹਾਂ ਦੇ ਫਾਦਰ ਸਾਹਿਬ ਵੀ ਇੱਕ ਬਹੁਤ ਵੱਡੇ ਲੀਡਰ ਇਸ ਸ਼ਹਿਰ ਦੀ ਨੁਮਾਇੰਦਗੀ ਕਰਦੇ ਰਹੇ, ਪੰਜਾਬ ਦੀ ਵਿਧਾਨ ਸਭਾ 'ਚ ਲੋਕਲ ਬਾਡੀ ਦੇ ਮਿਨਿਸਟਰ ਵੀ ਰਹੇ ਆ, ਸੀਨੀਅਰ ਮੋਸਟ, ਸਾਫ਼ ਸੁਥਰਾ ਕਿਰਦਾਰ। ਇਲੈਕਸ਼ਨ ਲੋਟੂਆਂ ਦੇ ਟੋਲਾ ਵਰਸੇ ਜੇ ਇੱਕ ਇਮਾਨਦਾਰ, ਕਾਬਲ, ਪੜ੍ਹੇ ਲਿਖੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਵਿਚਕਾਰ ਆਉਣ ਵਾਲਾ ਫੈਸਲਾ ਜਲੰਧਰ ਵੈਸਟ ਵਾਲਿਆਂ ਨੇ ਕਰਨਾ। ਪੰਜਾਬ ਦੀ ਵਿਧਾਨ ਸਭਾ 'ਚ ਜਲੰਧਰ ਵੈਸਟ ਦਾ ਉਹ ਬੰਦਾ ਭੇਜੋ ਜਿਹੜਾ ਇਮਾਨਦਾਰੀ ਨਾਲ, ਸਮਝਦਾਰੀ ਨਾਲ, ਕਾਬਲੀਅਤ ਨਾਲ, ਸਾਫ਼ ਸੁਥਰੇ ਤਰੀਕੇ ਨਾਲ ਜਲੰਧਰ ਦੀ ਸੇਵਾ ਕਰੇ, ਨਾ ਕਿ ਉਹ ਲੋਕ ਜਿਹੜੇ ਚਾਹੇ ਉਹ ਸੱਟੇ ਦੀ ਗੱਲ ਕਰ ਲਓ, ਠੱਗੀਆਂ ਦੀ ਗੱਲ ਕਰ ਲਓ, ਚੋਰੀਆਂ ਦੀ ਗੱਲ ਕਰ ਲਓ, ਕਿਹੜਾ ਉਹ ਮਾੜਾ ਕੰਮ ਨਹੀਂ ਹੈ ਜਿਹੜਾ ਲੋਕਾਂ ਨੇ ਪ੍ਰਫੁੱਲਿਤ ਕਰਨ 'ਚ ਆਪਣਾ ਯੋਗਦਾਨ ਨਹੀਂ ਪਾਇਆ, ਜਿਹੜੇ ਭਾਜਪਾ ਔਰ ਬਾਕੀ ਕੈਂਡੀਡੇਟ ਜਿਹੜੇ ਇੱਥੇ ਸਾਡੇ ਖਿਲਾਫ਼ ਇਲੈਕਸ਼ਨ ਲੜ ਰਹੇ, ਖਾਸ ਕਰ ਭਾਜਪਾ ਦਾ ਜਿਹੜਾ ਕੈਂਡੀਡੇਟ ਹੈ, ਉਹਨੇ ਨਾ ਸਿਰਫ ਧੋਖਾ ਕੀਤਾ ਜਲੰਧਰ ਵੈਸਟ ਨਾਲ, ਬਲਕਿ ਜਿਹੜੇ ਗੁਨਾਹ ਕੀਤੇ ਆ ਉਹਨਾਂ ਨੂੰ ਵੀ ਜਲੰਧਰ ਵੈਸਟ ਦੇ ਲੋਕ, ਸਤਿਕਾਰਯੋਗ ਸਾਡੇ ਵੋਟਰ ਸਮਾਨ, ਮਾਫ਼ ਨਹੀਂ ਕਰਨਾ। ਸੋ ਇਹ ਇਲੈਕਸ਼ਨ ਪਲਟੂ ਆਵਾਜ਼ ਵਰਸੇ 'ਚ ਇਮਾਨਦਾਰ, ਕਾਬਲ ਔਰ ਜ਼ਿੰਮੇਵਾਰ ਜਿਹੜਾ ਕੈਂਡੀਡੇਟ ਅਮਰਿੰਦਰ ਭਗਤ ਜੀ ਸਾਡੇ ਕੋਲ ਬੈਠੇ ਆ ਉਹਨਾਂ ਦਾ, ਔਰ ਜਿਹੜੇ 10 ਵਾਅਦੇ ਤੁਹਾਡੇ ਰਾਹੀਂ ਅੱਜ ਜਲੰਧਰ ਵੈਸਟ ਦੇ ਲੋਕਾਂ ਦੇ ਸਾਹਮਣੇ ਅਸੀਂ ਰੱਖਣਾ ਚਾਹੁੰਦੇ ਹਾਂ। ਜਲੰਧਰ ਵੈਸਟ ਦੇ ਲੋਕਾਂ ਨੂੰ, ਵੋਟਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਮਾਨ ਸਾਹਿਬ ਦੀ ਸਰਕਾਰ ਅਗਲੇ ਇਸ ਵਿਧਾਨ ਸਭਾ ਤੋਂ ਬਾਅਦ ਪਰਟੀਕੁਲਰ ਜਲੰਧਰ ਵੈਸਟ ਵਾਸਤੇ ਜੋ ਸਾਡਾ ਏਜੰਡਾ ਹੈ ਉਹਦੇ 'ਚ ਨੰਬਰ 1 ਪੀਣ ਵਾਲੇ ਸਾਫ਼ ਪਾਣੀ ਦੀ ਜਿਹੜੀ ਕਿੱਲਤ ਹੋ ਰਹੀ ਹੈ, ਸਿਰਫ ਖੇਤਾਂ ਦਾ ਪਾਣੀ ਦਾ ਮਸਲਾ ਨਹੀਂ ਆ, ਅੱਜ ਭਗਵੰਤ ਮਾਨ ਜੀ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਚਾਹੇ ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦੀ ਗੱਲ ਹੈ।